ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਦਿਸ ਸਟਾਫ ਪੁਆਇੰਟਰ ਹਰਦੀਪ ਕੁਮਾਰ। ਦੋਸਤੋ, ਅਸੀਂ ਪਹੁੰਚੇ ਸਮਾਜ ਵਿੱਚ ਲੁਧਿਆਣਾ ਤੇ ਲੁਧਿਆਣਾ ਦੇ ਨੰਬਰ ਵਨ ਚੈਨਲ ਯਾਨੀ ਕਿ ਅਲੈਕਸ ਇੰਟਰਨੈਸ਼ਨਲ ਚੈਨਲ ਦਾ ਬਹੁਤ ਅੱਛਾ ਲੱਗ ਰਿਹਾ। ਹੈਕਟਿਕ ਸ਼ਡਿਊਲ ਹੈ, ਸਭ ਨੂੰ ਮੈਨੇਜ ਕਰਨਾ ਤੇ ਉਹਦੇ ਬਾਅਦ ਮੇਰਾ ਨੰਬਰ ਆਇਆ। ਮੈਂ ਸਭ ਦਾ ਥੈਂਕਸ ਕਰਦੀ ਹਾਂ ਕਿ ਜਿੱਦਾਂ ਨੇ ਮੈਨੂੰ ਚੂਜ਼ ਕੀਤਾ। ਅਰੇ ਜੀ, ਬਹੁਤ ਇੰਜੋਏ ਕਰ ਰਹੇ ਆਪਣੇ ਕੰਮ ਨੂੰ ਲੈ ਕੇ। ਬਸ ਕਿਦਾਂ ਲੱਗ ਰਿਹਾ ਤੁਸੀਂ ਅਲੈਕਸ ਤੇ ਆਏ ਹੋ? ਬਹੁਤ ਅੱਛਾ ਲੱਗ ਰਿਹਾ ਕਿ ਉਹਨਾਂ ਨੇ ਮੇਰਾ ਬਹੁਤ ਅੱਛਾ ਮੇਕਅਪ ਕੀਤਾ, ਬੜਾ ਫ੍ਰੈਂਡਲੀ ਟੂਸ ਕਰ ਰਿਹਾ ਹੈ, ਬਹੁਤ ਵਧੀਆ ਲੱਗ ਰਿਹਾ ਹੈ। ਠੀਕ ਹੈ, ਹਾਂਜੀ ਮੈਮ, ਕੀ ਹਾਲ ਚਾਲ ਹੈ ਜੀ, ਕੈਸੇ ਹੋ? ਤੋ ਸਰ, ਸਰਵਿਸ ਕੈਸੀ ਲੱਗੀ ਆਪਕੋ? ਮੈਂ ਹੋਰ ਇੱਥੇ ਲੱਗੇ ਰਹਿੰਦਾ ਹਾਂ। ਸਾਡੇ ਸ਼ਹਿਰ ਦੇ ਬਹੁਤ ਹੀ ਮੰਨੇ ਹੋਏ ਸੈਲੀਬ੍ਰਿਟੀ ਸੁਨੈਣਾ ਜੀ ਦੇ ਪਹੁੰਚ ਰਹੇ ਅਸੀਂ, ਬਹੁਤ ਮੇਨਟੇਨ ਕੀਤਾ ਹੋਇਆ ਇਹਨਾਂ ਨੇ। ਸੁਨੈਣਾ ਜੀ, ਕੀ ਕਹਿਣਾ ਚਾਹੋਗੇ ਤੁਸੀਂ? ਹਾਈ, ਮੈਂ ਬਹੁਤ ਖੁਸ਼ ਹਾਂ ਕਿ ਮੈਂ ਸੁਨੈਣਾ ਕੋਲ ਆਈ ਆਪਣਾ ਹੇਅਰ ਡੂ ਔਰ ਮੇਕਅਪ ਕਰਾਉਣ ਲਈ, ਕਿ ਮੈਂ ਖੁਦ ਸੁਨੈਣਾ ਇਸ ਲਈ ਮੈਂ ਸੁਨੈਣਾ ਕੋਲ ਆਈ ਆਪਣਾ ਮੇਕਅਪ ਔਰ ਹੇਅਰ ਡੂ ਕਰਾਉਣ ਲਈ। ਡਬਲ ਧਮਾਕਾ, ਆਈ ਐਮ ਸੋ ਹੈਪੀ, ਡਬਲ ਧਮਾਕਾ। ਤਿਆਰੀ ਕਾਹਦੀ ਕਰ ਰਹੇ ਹੋ, ਕਿੱਥੇ ਪ੍ਰੋਗਰਾਮ ਜਾ ਰਹੇ ਹੋ? ਸਾਡਾ ਮਹਾਰਾਜਾ ਵਿੱਚ ਫੈਸ਼ਨ ਸ਼ੋਅ ਹੈ ਜੋ ਸਟਾਰ ਕਲੱਬ ਦੀ ਤਰਫ ਸੇ। ਅਸੀਂ ਹੁਣ ਇੱਥੇ ਅਲੈਕਸ ਦੇ ਵਿੱਚ ਤਿਆਰ ਹੋਣ ਆਏ ਹਾਂ। ਠੀਕ ਹੈ, ਤਾਂ ਅਸੀਂ ਸੁਨੈਣਾ ਜੀ ਤਾਂ ਸਭ ਕੁਝ ਛੱਡ ਦਿੱਤਾ ਹੈ, ਸਭ ਕੁਝ ਬਹੁਤ ਟਰਸਟ ਹੈ ਸੁਨੈਣਾ ਤੇ, ਉਹ ਸਾਡੀ ਡਰੈਸ ਦੇ ਅਕੋਰਡਿੰਗ ਸਾਡਾ ਹੇਅਰ ਡੂ ਔਰ ਮੇਕਅਪ ਕਰਨਗੇ। ਤਾਂ ਕਿੱਦਾਂ ਦਾ ਸਰਵਿਸ, ਕਿੱਦਾਂ ਲੱਗ ਰਹੀ ਹੈ? ਬਹੁਤ ਅੱਛੀ ਸਰਵਿਸ ਹੈ, ਬਹੁਤ ਅੱਛਾ ਲੱਗ ਰਿਹਾ ਸਾਰੇ, ਬਹੁਤ ਅੱਛਾ ਅੱਛਾ ਤਿਆਰ ਹੋ ਰਹੇ ਹੈ, ਬਹੁਤ ਫੁੱਲ ਸੈਟੀਸਫਾਈਡ ਹੈ। ਠੀਕ ਹੈ, ਮੈਂ ਰੈਗੂਲਰ ਵਿਜ਼ਿਟ ਕਰਦੀ ਰਹਿੰਦੀ ਹਾਂ ਇੱਥੇ। ਬਿਲਕੁਲ ਬਿਲਕੁਲ, ਜਿਹੜੇ ਬਾਕੀ ਤਿਆਰ ਹੋ ਕੇ ਆਏ ਨੇ, ਇੱਕ ਮਿੰਟ ਅਮਿਤਾ ਮੈਮ ਚਲੇ ਗਏ ਨੇ। ਮੈਮ ਕੀ ਕਹਿਣਾ ਚਾਹੋਗੇ ਤੁਸੀਂ, ਤਿਆਰ ਹੋ ਕੇ ਆ ਗਏ ਹੋ, ਕਿੱਦਾਂ ਲੱਗ ਰਿਹਾ? ਇੱਕ ਵਾਰੀ ਕੈਮਰਾ ਨੀਚੇ ਉੱਪਰ ਕਰਕੇ ਦਿਖਾਓ ਜੀ, ਪੂਰੇ ਰੈਡੀ ਨੇ ਜਾਣ ਵਾਸਤੇ? ਯੈਸ, ਵਾਹ, ਬਿਊਟੀਫੁਲ ਡਰੈਸ ਹੈ ਜੀ ਇਹਨਾਂ ਦੀ, ਉੱਪਰੋਂ ਲੈ ਕੇ ਨਹੀਂ ਸਕਦਾ। ਮੈਮ ਡਰੈਸ ਕਿੱਥੋਂ ਡਿਜ਼ਾਇਨ ਕਰਾਈ ਹੈ ਤੁਸੀਂ? ਠੀਕ ਹੈ, like clovers in my locket, untied like